ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੁਪਨਿਆਂ ਦੇ ਘਰ ਤੋਂ ਅਸੀਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਬਾਪੂ ਹੁਣੀ ਸਾਡੇ ਸ਼ਾਮ ਦਾ ਪ੍ਰਸ਼ਾਦਾ ਛੱਕ ਕੇ ਸੈਰ ਕਰਨ ਲੱਗ ਰਹੇ ਨੇ, ਕੁਛ ਅਜੇ ਪ੍ਰਸ਼ਾਦਾ ਛੱਕੀ ਜਾ ਰਹੇ ਨੇ। ਹੁਣ ਗਰਮੀ ਬਹੁਤ ਜ਼ਿਆਦਾ, ਆਪਾਂ ਨੂੰ ਸਾਰਿਆਂ ਨੂੰ ਪਤਾ, ਇੰਨੀ ਗਰਮੀ ਦੇ ਵਿੱਚ ਜਦੋਂ ਆਪਾਂ ਸੋਚਦੇ ਹਾਂ ਪਿਛਲੇ 15 ਸਾਲ ਦੀ ਗੱਲ, ਤਾਂ ਆਪਾਂ ਸੋਚਦੇ ਹਾਂ ਵੀ ਪਹਿਲਾਂ ਉਦੋਂ ਇੰਨੀ ਗਰਮੀ ਨਹੀਂ ਹੁੰਦੀ ਸੀ, ਹੁਣ ਕਿਉਂ ਇੰਨੀ ਜ਼ਿਆਦਾ ਵੱਧ ਗਈ ਹੈ। ਇਸੇ ਵਿਸ਼ੇ 'ਤੇ ਅੱਜ ਸਾਡੀ ਬਹੁਤ ਜ਼ਰੂਰੀ ਤੁਹਾਡੇ ਨਾਲ ਇਹ ਵੀਡੀਓ ਆ, ਇਹਨੂੰ ਸ਼ੇਅਰ ਕਰ ਦਿਓ। ਆ ਸਾਡਾ ਭਵਿੱਖ ਸਾਡੇ ਨਾਲ ਤੁਰਿਆ ਫਿਰਦਾ, ਸਾਡੇ ਬੱਚੇ, ਇਹਨਾਂ ਬੱਚਿਆਂ ਨੇ ਅੱਜ ਤੋਂ 15 ਸਾਲ ਬਾਅਦ ਜਵਾਨ ਹੋ ਜਾਣਾ ਪੂਰੇ। ਇਹ ਵਰਦੀ ਅੱਗ ਦੇ ਵਿੱਚ ਜਦੋਂ ਇਹ ਇੰਨੀ ਇਸ ਤੋਂ ਵੀ ਕਈ ਗੁਣਾ ਵੱਧ ਗਰਮੀ ਦੇ ਵਿੱਚ ਤਿੱਖੜ ਦੁਪਹਿਰ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਲਾਣਤਾਂ ਪਾਇਆ ਕਰਨਗੇ ਵੀ ਬਾਈ ਤੁਸੀਂ ਤਾਂ ਸਿਆਣੇ ਸੀ ਯਾਰ, ਤੁਹਾਡੇ ਸਾਡੇ ਤੋਂ ਜਿਹੜੇ ਵੱਡੇ ਸੀ, ਸਾਡੇ ਬਜ਼ੁਰਗ ਸੀ ਜਿਹੜੇ, ਸਾਡੀ ਪਹਿਲੀਆਂ ਪੀੜ੍ਹੀਆਂ ਸੀ ਜਿਹੜੀਆਂ, ਉਹਨਾਂ ਨੇ ਸਾਡਾ ਸੱਤਿਆ ਨਾਸ ਕਰਤਾ। ਉਹਨਾਂ ਨੇ ਕੋਈ ਦਰਖਤ ਨਹੀਂ ਲਾਏ ਜੱਜ ਨਾਲ, ਉਹਨਾਂ ਨੇ ਦਰਖਤ ਪੱਟ ਪੱਟ ਕੇ ਪੰਜਾਬ ਦਾ ਬੇੜਾ ਗਰਕ ਕਰਤਾ। ਨਾ ਪੰਜਾਬ 'ਚ ਮਿੱਠੀ ਜ਼ਮੀਨ ਹੇਠਲਾ ਪਾਣੀ ਛੱਡਿਆ, ਅਤੇ ਨਾ ਅਸਮਾਨ ਨੂੰ ਇੱਥੇ ਵਰਸਣ ਵਾਸਤੇ ਦਰਖਤ ਛੱਡੇ ਆ। ਦੋ ਹੀ ਰਸਤੇ ਆ, ਜਾਂ ਤਾਂ ਥੱਲੇ ਜ਼ਮੀਨੀ ਪਾਣੀ ਆ ਜਿਹੜਾ, ਉਹਨੂੰ ਅਸੀਂ ਬਖਸ਼ ਦਈਏ, ਇਹ ਝੋਨੇ ਦਾ ਕੋਈ ਹੱਲ ਕੱਢ ਲਈਏ, ਅਤੇ ਅਸੀਂ ਇਹ ਜ਼ਹਿਰ ਆ ਜਿਹੜੀ ਕੈਮੀਕਲ ਪਾਉਂਦੇ ਇਹ ਬੰਦ ਕਰ ਦਈਏ ਥੱਲੇ, ਅਤੇ ਜਾਂ ਫਿਰ ਜਿਹੜੀ ਵਰਖਾ ਜਿਹੜਾ ਮੀਂਹ ਪੈਂਦਾ ਇੱਥੇ, ਮੂਸਲੇਧਾਰ ਬਾਰਿਸ਼ਾਂ ਹੁੰਦੀਆਂ ਸੀ ਜਿਹੜੀਆਂ, ਜਿਹਦੇ ਵਿੱਚ ਮਾਨਸੂਨ ਆਉਂਦਾ ਸੀ, 5-5, 6-6 ਦਿਨ ਸੂਰਜ ਨਹੀਂ ਸੀ ਨਿਕਲਦਾ ਪੰਜਾਬ 'ਚ, ਰਿਮ ਜਿਮ ਇੱਦਾਂ ਮਿੰਨਾ ਮੀਂਹ ਪੈਂਦਾ ਹੀ ਰਹਿੰਦਾ ਸੀ। ਉਹ ਤੁਸੀਂ ਦੇਖੋ ਕਿੰਨੇ ਸਾਲ ਹੋ ਗਏ ਦੇਖਿਆ ਕਦੇ, ਵੀ 3 ਦਿਨ ਹੋ ਗਏ ਮੀਂਹ ਪਈ ਜਾਂਦਾ ਲਗਾਤਾਰ, ਥੋੜ੍ਹਾ ਥੋੜ੍ਹਾ ਕਰਕੇ ਕਣੀਆਂ ਹੀ ਪਈ ਜਾਂਦੀਆਂ। ਸੋਚੋ ਇਹ ਕਿਉਂ ਹਟ ਗਿਆ। ਹਰੇਕ ਖੇਤ ਦੇ ਵਿੱਚ ਦਰਖਤ ਹੁੰਦੇ ਸੀ, ਹਰੇਕ ਦੇ ਖੇਤ ਦੇ ਮੂਹਰ ਦੀ ਜਦੋਂ ਲੰਘਦੀ ਸੜਕ, ਉਹਦੇ 'ਤੇ ਟਾਹਲੀਆਂ ਟਾਹਲੀਆਂ ਖੜੀਆਂ ਹੁੰਦੀਆਂ ਸੀ, ਹਰੇਕ ਦੇ ਜ਼ਮੀਨ ਦੇ ਅੰਦਰ ਜਿੱਥੇ ਇੰਜਣ ਲੱਗਿਆ ਹੁੰਦਾ ਸੀ, ਚਾਹੇ ਮੋਟਰ ਲੱਗੀ ਹੁੰਦੀ ਸੀ, ਉੱਥੇ ਕਈ ਡੇਕਾਂ ਦੇ ਦਰਖਤ, ਉੱਥੇ ਕਈ ਤੂਤ ਟਾਹਲੀਆਂ ਨਿੰਮਾਂ ਹੁੰਦੀਆਂ ਸੀ। ਫਿਰ ਹਰੇਕ ਘਰ 'ਚ 4-4, 5-5 ਦਰਖਤ ਹੁੰਦੇ ਸੀ, ਦੱਸੋ ਕਿੱਥੇ ਗਏ। ਅਤੇ ਜੇ ਭਾਈ ਹੁਣ ਵੀ ਨਾ ਸੰਭਲੇ, ਇਸ ਵਾਰ 2024 ਦੇ ਵਿੱਚ ਅਸੀਂ ਪੂਰੇ ਜ਼ੋਰ ਸ਼ੋਰ ਦੇ ਨਾਲ ਮੁਹਿੰਮ ਚਲਾਈ ਹੋਈ ਆ, ਰੁੱਖ ਲਗਾਓ ਭਵਿੱਖ ਬਚਾਓ, ਅਤੇ ਰੁੱਖਾਂ ਦਾ ਲੰਗਰ ਵੀ ਲਗਾਇਆ। ਹੁਣ ਸਾਡੀ ਇਹ ਬੇਨਤੀ ਹੈ ਜਿਹੜੀ ਜ਼ਰੂਰੀ ਉਹਨਾਂ ਭੈਣਾਂ ਭਰਾਵਾਂ ਨੂੰ ਆ ਜਿਹੜੇ ਦਾਨ ਕਰਨਾ ਚਾਹੁੰਦੇ ਨੇ, ਜੇ ਤੁਸੀਂ ਕੁਛ ਦਾਨ ਕਰਨਾ ਤਾਂ ਰੁੱਖ ਦਾਨ ਕਰੋ। ਸਾਨੂੰ ਰੁੱਖ ਚਾਹੀਦੇ ਆ ਜੀ, ਨਿੰਮ, ਡੇਕ, ਬਕੈਣ, ਚਕਰਸੀਆ, ਗਲਮੋਰ, ਫਿਰ ਕਦਮ ਦੇ ਦਰਖਤ ਚਾਹੀਦੇ ਸਾਨੂੰ, ਇਹ ਫਿਰ ਅੰਬ ਦੇ ਦਰਖਤ ਚਾਹੀਦੇ ਸਾਨੂੰ, ਜਿਹੜੇ ਵੱਡੇ ਦੇਸੀ ਅੰਬ, ਜਿਹੜੇ ਪੰਜਾਬ ਦੇ ਵਿੱਚ ਦੁਬਾਰਾ ਫਿਰ ਤੋਂ ਉਹ 3-3, 4-4 ਦਿਨ ਮੀਂਹ ਪਵੇ, ਜਿਹੜਾ ਪੰਜਾਬ ਦੀ ਧਰਤੀ ਦੇ ਹੇਠਲਾ ਪਾਣੀ ਜੇ ਅਸੀਂ ਬੇਤਾ ਕੱਢੀ ਜਾਂਦੇ ਹਾਂ ਅਤੇ ਉਹਦੇ ਵਿੱਚ ਉੱਪਰੋਂ ਪਾਣੀ ਵਰਸੇ ਵੀ, ਉਹ ਕਾਰਜ ਤਾਂ ਹੀ ਹੋ ਸਕਦਾ, ਸਾਡੀ ਆਉਣ ਵਾਲੀ ਪੀੜ੍ਹੀ ਸਾਨੂੰ ਤਾਂ ਹੀ ਸਲਾਹੂਗੀ ਜੇ ਅਸੀਂ ਦਰਖਤ ਲਾਈ। ਸਾਡੇ ਪੰਜਾਬ ਨੂੰ, ਸਾਡੇ ਉਹਨਾਂ ਪੰਜਾਬੀ ਵੀਰਾਂ ਦੀ, ਭੈਣਾਂ ਦੀ, ਬੱਚਿਆਂ ਦੀ, ਮਾਵਾਂ ਦੀ, ਬਜ਼ੁਰਗਾਂ ਦੀ ਜ਼ਰੂਰਤ ਆ, ਜਿਹੜੇ ਪੰਜਾਬ ਦੇ ਫਿਕਰਮੰਦ ਨੇ।
ਇਸ ਧਰਤੀ ਦੇ ਲਈ ਫਿਕਰਮੰਦ ਨੇ, ਇਸ ਦੁਨੀਆ ਦੇ ਲਈ, ਇਸ ਕੁਦਰਤ ਦੇ ਲਈ ਫਿਕਰਮੰਦ ਨੇ। ਉਹਦੇ ਲਈ ਇੱਕ ਇੱਕ ਪੇੜ ਆਪਣੇ ਬੱਚਿਆਂ ਤੋਂ ਲਵਾਓ, ਆਪਣੇ ਪਿੰਡ 'ਚ ਕਿਸੇ ਸਾਂਝੀ ਥਾਂ 'ਤੇ, ਸ਼ਮਸ਼ਾਨ ਘਾਟ 'ਚ, ਬੱਸ ਅੱਡੇ 'ਤੇ, ਜਿੱਥੇ ਵੀ। ਇਕੱਲਾ ਲਾਉਣਾ ਨਹੀਂ, ਉਹਨੂੰ ਪਾਲਣਾ ਵੀ ਆ। ਉਹਦੇ ਆਲੇ ਦੁਆਲੇ ਕੋਈ ਚਾਹੇ ਬਣਾ ਕੇ ਚਾਰ ਡੱਕਿਆਂ ਦਾ, ਕਾਨਿਆਂ ਦਾ ਕੋਈ ਅੱਡਾ ਜਿਹਾ ਲਾ ਦਿਓ, ਉਹਨੂੰ ਇੱਕ ਸਾਲ ਲਗਾਤਾਰ ਉਹਦੀ ਨਿਗਰਾਨੀ ਕਰ ਦਿਓ। ਵਾ ਇੱਕ ਸਾਲ 'ਚ ਉਡਾਰ ਹੋਜੂ। ਅਤੇ ਜੇ ਸੌਖਾ ਤਰੀਕਾ ਬਕੈਣਾ, ਡੇਕਾਂ ਜਿਹੜੀਆਂ ਉਹ ਛਤਰੀ ਵਾਲੀਆਂ ਆਉਂਦੀਆਂ, ਸਸਤੀ ਜੀ ਆ ਉਹ, 4-5 ਰੁਪਈਏ ਦੀ ਮਿਲ ਜਾਂਦੀ ਹੈ ਕਿ ਜੇ ਤੁਸੀਂ ਆਪਣੇ ਏਰੀਏ 'ਚੋਂ ਲੈਣੀ ਹੈ, ਅਤੇ ਨਹੀਂ ਤਾਂ ਸਾਡੇ ਕੋਲੋਂ ਜਿੰਨੀਆਂ ਮਰਜ਼ੀ ਲੈ ਜਾਓ ਆ ਕੇ। ਅਤੇ ਅਸੀਂ, ਸਾਡੇ ਕੋਲ ਹਜੇ ਆਈਆਂ ਨਹੀਂ, ਪਹਿਲਾਂ ਹੀ ਸਾਨੂੰ ਭਰੋਸਾ ਆਪਦੇ ਭੈਣਾਂ ਭਰਾਵਾਂ 'ਤੇ ਬਥੇਰੀਆਂ ਆ ਜਾਣਗੀਆਂ। ਅਤੇ ਅਸੀਂ ਜਿਹੜੇ ਨਾਮ ਬੋਲਿਆ, ਚਕਰਸੀਆ, ਡੇਕ, ਬਕੈਣ, ਛਤਰੀ ਵਾਲੀਆਂ, ਨਿੰਮਾ, ਗਲਮੋਰ, ਅਤੇ ਕਦਮ ਦੇ ਬੂਟੇ, ਅੰਬ ਦੇ ਬੂਟੇ, ਹੋਰ ਵੀ ਜਿਹੜੇ ਤੁਹਾਨੂੰ ਲੱਗਦੇ ਆ, ਸਾਡੇ ਕੋਲ ਪਹੁੰਚਦੇ ਕਰੋ। ਅਸੀਂ ਰੁੱਖਾਂ ਦਾ ਲੰਗਰ ਲਗਾਇਆ। ਧੰਨਵਾਦ ਕਰਦੇ ਹਾਂ ਸਵੰਦ ਸਿੰਘ DFO ਸਾਹਿਬ ਬਠਿੰਡੇ ਤੋਂ, ਉਹਨਾਂ ਨੇ ਪਹਿਲਾਂ 2000 ਬੂਟਾ ਭੇਜਿਆ, ਉਹ ਅਸੀਂ ਵੰਡਤਾ। ਇੱਦਾਂ ਹੀ ਹੋਰ ਵੀ ਸੰਗਤ ਵੱਲੋਂ ਭੇਜੇ ਗਏ ਸੀ, ਉਹ ਵੀ ਵੰਡੇ ਗਏ। ਹੁਣ ਸਾਨੂੰ ਬੂਟਿਆਂ ਦੀ ਲੋੜ ਆ ਜੀ, ਬਹੁਤ ਜ਼ਿਆਦਾ। ਸਾਨੂੰ ਜੇ ਥੋੜ੍ਹੇ ਜਿਹੇ ਪਲੇ ਹੋਏ ਬੂਟੇ ਮਿਲ ਜਾਣ ਵਧੀਆ ਵਾਲੇ, ਤਾਂ ਉਹਦੇ ਨਾਲ ਕੀ ਹੋਊ ਵੀ 6 ਮਹੀਨੇ ਸਾਲ ਬੂਟਾ ਅੱਗੇ ਲੰਘ ਜਾਂਦਾ, ਜੇ ਥੋੜ੍ਹਾ ਵੱਡਾ ਹੋਵੇ ਬੂਟਾ। ਉਹ ਪਹੁੰਚਦੇ ਕਰੋ ਜੀ। ਜੇ ਕੋਈ ਦਾਨੀ ਵੀਰ ਸਾਡੀ ਇਸ ਵੀਡੀਓ ਨੂੰ ਦੇਖਦੇ ਆ, ਤਾਂ ਰੁੱਖਾਂ ਦਾ ਦਾਨ ਕਰੋ। ਕੋਈ 500, ਕੋਈ 100, ਕੋਈ 200 ਰੁੱਖ ਪਹੁੰਚਦੇ ਕਰੋ ਸਾਨੂੰ, ਅਤੇ ਤਾਂ ਜੋ ਅਸੀਂ ਉਹਨਾਂ ਰੁੱਖਾਂ ਨੂੰ ਇਸ ਪੰਜਾਬ ਦੀ ਬੰਜਰ ਹੋਈ ਧਰਤੀ ਦੇ, ਬੰਜਰ ਹੋ ਰਹੀ ਧਰਤੀ ਦੇ ਉੱਪਰ ਲਗਾ ਸਕੀਏ। ਸੰਗਤਾਂ ਨੂੰ ਬੇਨਤੀ ਹੈ, ਐਵੇਂ ਨਾਮ ਤਾਂ ਬਹੁਤ ਜ਼ਿਆਦਾ, ਮੰਨ ਲਓ ਇਹ ਲਿਸਟ ਆ ਜਿਹੜੀ, ਇਹ ਕਰੀਬ 1200-1300 ਬੰਦਿਆਂ ਦੀ ਆ, ਪਰ ਅਸੀਂ ਜਿਵੇਂ ਸੁਰਿੰਦਰ ਕੌਰ ਜਗਰਾ ਆਪਣੇ ਜਾਂਗਪੁਰ ਤੋਂ ਆ, ਭਦੌੜ ਤੋਂ ਗੁਰਦੀਪ ਸਿੰਘ ਬੀਰਾਵਾ, ਦਰਸ਼ਨ ਸਿੰਘ ਜਾਂਗਪੁਰ ਤੋਂ ਆ, ਕੋਂਦਵਾਲ ਖੁਰਦ ਤੋਂ ਮਕੰਦ ਕੁਮਾਰ ਆ, ਕੁਲਦੀਪ ਮਾਲ ਤੋਂ, ਕੀਰਤਪੁਰ ਸਾਹਿਬ ਤੋਂ ਦਵਿੰਦਰ ਆ ਜੀ, ਇੱਦਾਂ ਹੀ ਸੋਨੀ ਬਰਨਾਲੇ ਤੋਂ ਆ, ਜਲੰਧਰ ਤੋਂ ਆ ਬਾਈ ਖੋਸਾ, ਰਣਧੀਰ ਤੋਂ ਆ ਇੰਦਰਜੀਤ ਸਿੰਘ, ਮਨਜਿੰਦਰ ਕੌਰ ਜਲੰਧਰ ਤੋਂ ਆ ਭੈਣ, ਗੁਰੂ ਹਰ ਸਹਾਏ ਤੋਂ ਪਰਮਜੀਤ ਕੌਰ, ਫਿਰ ਚਾਟੀ ਪਿੰਡ ਤੋਂ ਰਣਜੀਤ ਕੌਰ, ਬਠਿੰਡੇ ਤੋਂ ਵਿਜੇ ਕੁਮਾਰ, ਹਰਵੰਤ ਸਿੰਘ ਬਠਿੰਡੇ ਤੋਂ, ਨਵਾਂਸ਼ਹਿਰ ਤੋਂ ਜਸਪਾਲ, ਇਹ ਮੈਂ ਮੇਨ ਮਾਓ ਸਾਹਿਬ ਤੋਂ ਹਰਪਾਲ ਸਿੰਘ, ਬਾੜੇ ਵਾਲਾ ਵਾਣਾ ਤੋਂ ਸ਼ਾਲੂ ਕੌਰ, ਅਤੇ ਕੱਕੇ ਪਿੰਡ ਤੋਂ, ਲੁਧਿਆਣੇ ਤੋਂ ਰਾਜ ਰਾਣੀ, ਰਜੇਸ਼ ਕੁਮਾਰ ਸਾਹਨੇਵਾਲ ਤੋਂ, ਦੁਸਾਂਝ ਕਲਾਂ ਤੋਂ ਮਨਜੀਤ ਕੌਰ, ਸੰਗਰੂਰ ਤੋਂ ਸੁੱਖਪ੍ਰੀਤ, ਮਾਡਲ ਟਾਊਨ ਤੋਂ ਬਲਜੀਤ ਕੌਰ ਭੈਣ, ਚੌਕੇ ਖੁਰਦ ਤੋਂ ਅਜੀਤ ਸਿੰਘ, ਹਮੀਰੇ ਤੋਂ ਸੁਖਵੰਤ ਸਿੰਘ, ਨਵੇਂ ਸ਼ਹਿਰ ਤੋਂ ਸ਼ਮਿੰਦਰ ਸਿੰਘ, ਬਲਟੋਹਾ ਤੋਂ ਸੰਦੀਪ ਕੌਰ, ਮਤਲਬ ਰਾਮਪੁਰ ਤੋਂ ਇਕਬਾਲ ਸਿੰਘ, ਮੰਜੀ ਸਾਹਿਬ ਕੋਟਾਂ ਤੋਂ ਧਨਰਾਜ ਸਿੰਘ, ਪੰਜਾਬ ਦੇ ਹਰੇਕ, ਫਿਰੋਜ਼ਪੁਰ ਤੋਂ ਮਨਜੀਤ ਕੌਰ, ਮਤਲਬ ਹਰੇਕ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਅਸੀਂ ਇਹ ਛੋਟੇ ਛੋਟੇ ਪੌਦੇ ਆ ਜਿਹੜੇ ਪਹੁੰਚਾ ਰਹੇ ਹਾਂ, ਇੱਕ ਦਿਨ ਇਹ ਵੱਡੇ ਦਰਖਤ ਬਣਨਗੇ, ਪੰਜਾਬ ਨੂੰ ਆਕਸੀਜਨ ਅਤੇ ਪੰਜਾਬ ਨੂੰ ਸਾਹ ਦੇਣਗੇ। ਸੋਚਿਓ, ਵਿਚਾਰਿਓ, ਆਪਣੇ ਆਸ ਪਾਸ ਨਿਗਾਹ ਮਾਰਿਓ। ਵਾਹਿਗੁਰੂ ਜੀ ਕਾ ਖਾਲਸਾ। ਰੁੱਖ ਲਗਾਓ, ਰੁੱਖ ਲਗਾਓ, ਰੁੱਖ ਲਗਾਓ, ਰੁੱਖਾਂ ਦੇ ਰੁੱਖ ਲਗਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।